اللهم كن لوليك الحجة من الحسن، صلواتك عليه وعلى آبائه في هذه الساعة وفي كل ساعة، وليا وحافظا وقائدا وناصرا ودليلا وعناه، حتى تسكنه ارض قطعون وتمتعه فيها طويلا. يا رب محمد مال محمد، صل على محمد مال محمد، واجل فرج آل محمد. فكشفنا عنك غطاءك فبصرك اليوم حديد، نزيلك حيث متجهت ركابي، وضعفك حيث كنت من البلاد. يا الله عظمت بطول دا صدقہ مجلس ادا منظور فرما، بانیاں نے مجالس دی عظیم محنت دربار بطول اچ قبول ہوئے، مولا زیادہ توفیقات عطا فرماوے. یا اللہ اس دور ابتلاء اچ محبان اہل بیت دی عزت مال جان ناموس دی حفاظت فرما. خداوندہ وارث کون و مکان دے ظہور اچ تاجیل فرما، سانو مولا دے قدمے چ درجہ شہادت نصیب فرما. خداوندہ مشن حق دی حفاظت فرما، اور مذہب حقاں نو ترقی عطا فرما. اللہم صلی علی محمد وآل محمد. اہل ایمان صلوات پڑھو. اللہم صلی علی محمد وآل محمد. 10-12-14 سال بعد میں پھر آیا، سید زادے مولا رنگ لاوے مینو بلیندے رہن، میں کو موقع نہ ملدا، آج پھر تواڈی زیارت دا موقع لب گئے. مولا تواڈی عزت چ برکت بخشے. مجلس بیری کیا ہے کہ تقدیر چ، علم چ، عرب چ، زبان معصوم چ، عباس دے من کی عباس کس نواد، جیسا علم لیندے ہو یہ جڑے ٹر گئے ان کو لنگر شنگر تے ہن واپس آ جاسن. لغت عرب چ جڑا شیر اپنے ٹھکانے تے شیر دے ٹھکانے نو آدن کمین گا، اپنے مورچے چ جڑا شیر اپنے ٹھکانے تے پر سکون بیٹھا ہووے، اس نو لغت عرب چ کہندن اسد. جب شیر اسد روپ چ ہووے، آ جا بیگ کر چن، پتہ ہی نہیں لگتا. چلو ٹھیک ہے، بس اتنا کافی. اس کو سیدھا کر. ہاں بھائی، جڑا شیر اپنے ٹھکانے چ پر سکون بیٹھا ہوئے، کس او میرا پوتر تو ہمت کر، اس نو کوئی علم نہیں.
ਹਾਂ ਹੁਣ ਇਸ ਕੂਕਾ ਹਾਂ ਯਾਦ ਰੱਖਣਾ ਮੇਰਾ ਭਾਈ ਅਗਰ ਤੂੰ ਨਹਾ ਸ਼ਾਬਾਸ਼ ਜ਼ਿੰਦਾਬਾਦ ਮੇਰੀ ਮਜਲਿਸ ਰਿਕਾਰਡ ਕਰ ਲੇਕਿਨ ਖੁਦ ਬਹਿ ਜਾ ਜਿਹੜਾ ਸ਼ੇਰ ਆਪਣੇ ਠਿਕਾਨੇ 'ਚ ਪੁਰਸਕੂਨ ਬੈਠਾ ਹੋਵੇ ਉਸਨੂੰ ਸ਼ਰਾਫਤ ਅਰਬ ਵਿੱਚ ਕਹਿੰਦੇ ਨੇ ਅਸਦ ਜਬ ਸ਼ੇਰ ਅਸਦ ਦੇ ਰੂਪ 'ਚ ਹੋਵੇ ਅੱਗੇ ਗੁਜ਼ਰ ਜਾ ਉਸ ਤੋਂ ਗੁਜ਼ਰ ਜਾ ਉਹ ਸਕੂਨ ਚੇਤਨ ਕੁਛ ਨਹੀਂ ਕਹੇਗਾ ਉਸਦੇ ਕੋਲ ਕੋਈ ਖਤਰਾ ਨਹੀਂ ਜਿਹੜਾ ਸ਼ੇਰ ਸ਼ਿਕਾਰ ਕੀਤੇ ਅੰਗੜਾਈਆਂ ਲੈ ਰਿਹਾ ਹੋਵੇ ਤਿਆਰੀਆਂ ਚ ਹੋਵੇ ਐਸੇ ਸ਼ੇਰ ਨੂੰ ਸ਼ਰਾਫਤ ਅਰਬ ਵਿੱਚ ਕਹਿੰਦੇ ਨੇ ਜ਼ੈਗਮ ਸ਼ਾਬਾਸ਼ ਜਿਹੜਾ ਸ਼ੇਰ ਸ਼ਿਕਾਰ ਕਰਕੇ ਵਾਪਸ ਆ ਰਿਹਾ ਹੋਵੇ ਇਸ ਨੂੰ ਆਦਨ ਗਜ਼ਨ ਫਰ ਜਿਹੜਾ ਸ਼ੇਰ ਸ਼ਿਕਾਰ ਨੂੰ ਪੰਜੇ ਚ ਫੱਦ ਕੇ ਟੋਪੀ ਲਾ ਚਾ ਯਾਰ ਅੱਜ ਤੈਨੂੰ ਅਲਮਾ ਵਾਲੇ ਦਾ ਸ਼ਾਮ ਦੇ 300,000 ਲਸ਼ਕਰ ਨਾਲ ਕਰਬਲਾ ਤੂੰ 22 ਸਾਲ ਪਹਿਲੇ ਆਪਣੇ ਬਾਬੇ ਅਲੀ ਦੀ ਮੌਜੂਦਗੀ 'ਚ 10 ਸਾਲ ਦੇ ਅੱਬਾਸ ਦਾ ਇੱਕ ਹਮਲਾ ਸੁਣਨਾ ਮਰਹਬਾ ਬੜਾ ਅੱਛਾ ਮਜਮਾ ਉਹ ਜਦਨ ਮੈਂ ਪਹਿਲੇ ਪੜ੍ਹਨ ਆਉਂਦਾ ਸਾਂ 100-200 ਹੁੰਦਾ ਸੀ ਬੰਦਾ ਹੁਣ ਹਜ਼ਾਰਾਂ ਇਸ ਦਫ਼ਾ ਸੈਯਦ ਮੇਰੇ ਨਾਲ ਬੜੀ ਜਲਾਲ ਚਾ ਗੈਣ ਕੇ ਹਰ ਕੀਮਤ 'ਤੇ ਆਉਣਾ ਪੋ ਸੀ ਚੁਨਾਚੇ ਮੈਂ ਹਾਜ਼ਰ ਹੋ ਗਿਆ ਬਈ ਸੈਯਦ ਸੈਯਦ ਆਪਣੇ ਗੁੱਸੇ 'ਚ ਆ ਗੈਣ ਸਾਈਂ ਸੈਯਦ ਹੈ ਚਲੋ ਬਈ ਉਹਨਾਂ ਸੈਦਾਂ ਨੂੰ ਮਜਲਿਸ ਸੁਣਾਓ ਮੋਮਨਾਂ ਨੂੰ ਸੁਣਾਓ ਜਿਹੜਾ ਸ਼ਿਕਾਰ ਪੰਜੇ 'ਚ ਪਾ ਕੇ ਚੀਰ ਫਾੜ ਰਿਹਾ ਹੋਵੇ ਮੈਨੂੰ ਅੱਬਾਸ ਦੀ ਕਸਮ ਏ ਇਸ ਨੂੰ ਅਰਬ ਚਾਦਨ ਹੈਦਰ ਮੀਆਂ ਅਲੀ ਹਸ਼ਦਰ ਚੀਰਨੇ ਫਾੜਨੇ ਵਾਲਾ ਸ਼ੇਰ ਇੱਕ ਸ਼ੇਰ ਦਾ ਹੋਰ ਰੂਪ ਉੱਠਦੀ ਜਵਾਨੀ ਭੜਕੀਲੇ ਜਜ਼ਬਾਤ ਜ਼ੀਲਸਨਸ ਮਿਜ਼ਾਜ ਵੱਧ ਵੱਧ ਕੇ ਹਮਲੇ ਕਰੇ ਮੈਦਾਨ ਨਾ ਛੱਡੇ ਸ਼ੌਕੇ ਸ਼ਿਕਾਰ ਖਤਮ ਨਾ ਹੋਵੇ ਇਸ ਨੂੰ ਲੁਗਤ ਅਰਬ 'ਚ ਕਹਿੰਦੇ ਨੇ ਅੱਬਾਸ ਬਾਬਾ ਸਰਕਾਰ ਅੱਗੇ ਆਓ ਤੁਸੀਂ ਪਾਕਿਸਤਾਨ ਦੇ ਮੁਨਫਰਦ ਸੈਕਟਰੀ ਹੋ ਅਦੀਬ ਸੈਕਟਰੀ ਵਾਕਿਫਕਾਰ ਮਜ਼ਹਬ ਤੋਂ ਵਾਕਿਫ ਸੈਕਟਰੀ ਅਹਿਲੇ ਇਲਮ ਇਨਸਾਨ ਅੱਬਾਸ ਦਾ ਨਾਮ ਅੱਬਾਸ ਕਿਸੇ ਗੈਰ ਮਾਸੂਮ ਨਹੀਂ ਰੱਖਿਆ ਅਲੀ ਜੈਸੇ ਸ਼ੇਰ ਖੁਦਾ ਨੇ ਅੱਬਾਸ ਦਾ ਨਾਮ ਅੱਬਾਸ ਰੱਖੇ ਤੇ ਮੈਂ ਅੱਬਾਸ ਦਾ ਉਹ ਜੰਗ ਪਿਆ ਪੜਦਾ ਜਿਸ 'ਚ ਅਲੀ ਅੱਬਾਸ ਨੂੰ ਗਾਜ਼ੀ ਦਾ ਲਕਬ ਦਿੱਤੇ
28 ਹਿਜਰੀ 4 ਸ਼ਾਬਾਨ ਅਬਾਸ ਦੀ ਆਮਦ 38 ਹਿਜਰੀ ਇਹ ਜੰਗ ਇਸ ਜੰਗ ਚ ਅਲੀ ਦੇ 18 ਪੁੱਤਰ ਅਲੀ ਦੇ ਹਮਰਾ 36 ਸਾਲ ਦਾ ਹਸਨ 35 ਸਾਲ ਦਾ ਹੁਸੈਨ 21 ਸਾਲ ਦਾ ਮੁਹੰਮਦ ਹਨਫੀਆ 10 ਸਾਲ ਦਾ ਅਬਾਸ 9 ਸਾਲ ਦਾ ਔਨ ਬਿਨ ਅਲੀ ਜੰਗ ਜਿਹਦੇ ਨਾਲ ਹੋਈਏ ਨਾ ਨਹੀਂ ਲੈ ਸਕਦਾ ਇਜਾਜ਼ਤ ਨਹੀਂ ਮਤ ਲੋ ਨਾਮ ਕੁਨੀਅਤ ਯਾਦ ਪੁੱਤਰ ਦਾ ਨਾਂ ਯਜ਼ੀਦ ਹੁਣ ਸਾਡੀ ਬਿਰਾਦਰੀ ਦੇ ਫਿੱਕੇ ਦਾ ਕਾਨੂੰਨ ਏ ਜਿਹੜਾ ਪਹਿਲੇ ਬਜ਼ੁਰਗਵਾਰ ਨਾਲ ਜੰਗ ਲੜੇ ਵਾਜਿਬੁਲ ਕਾਤਲ ਇਹ ਫਿੱਕਾ ਦਾ ਕਾਨੂੰਨ ਹੈ ਬਿਰਾਦਰੀ ਦਾ ਜਿਹੜੇ ਦੂਸਰੇ ਬਜ਼ੁਰਗਵਾਰ ਨਾਲ ਜੰਗ ਲੜੇ ਵਾਜਿਬੁਲ ਕਾਤਲ ਜਿਹੜਾ ਤੀਸਰੇ ਬਜ਼ੁਰਗਵਾਰ ਨਾਲ ਜੰਗ ਲੜੇ ਵਾਜਿਬੁਲ ਕਾਤਲ ਰਾਸ਼ਦਾ ਦੇ ਨਿਜ਼ਾਮ ਚ ਅਲੀ ਦਾ 4 ਨੰਬਰ ਅੱਲਾ ਤੇ ਰਸੂਲ ਦੇ ਨਿਜ਼ਾਮ ਚ ਅਲੀ ਦਾ 1 ਨੰਬਰ ਬਿਲਾ ਫਾਸਲ ਮੇਰੇ ਭਾਈ 3 ਨਾਲ ਲੜਨ ਵਾਲਾ ਵਾਜਿਬੁਲ ਕਾਤਲ ਇਹ ਜੋ 80 ਜੰਗ ਅਲੀ ਨਾਲ ਲੜੇ ਮਾਮੂ ਕਿਉਂ ਬਣਾਈ ਬੜਾ ਸ਼ਾਨਦਾਰ ਮਜਮਾ ਹੈ ਬੜਾ ਸ਼ਾਨਦਾਰ ਮਜਮਾ ਹੈ ਯਾਨੇ ਜੰਗ ਇੱਕ ਮੁਹਰਮ 38 ਹਿਜਰੀ ਕਰਬਲਾ ਤੋਂ 22 ਸਾਲ ਪਹਿਲੇ ਸ਼ੁਰੂ ਹੋਈ ਅਲੀ ਦਾ 32 ਸਾਲ ਦਾ ਲਸ਼ਕਰ ਏ ਸ਼ਾਮ ਦੇ ਬਾਦਸ਼ਾਹ ਦਾ 3 ਲੱਖ ਦਾ ਲਸ਼ਕਰ ਏ ਅਲੀ ਮੌਜਦਾ ਏ ਮੂਸਾ ਵਿਖਾਇਆ ਦਰਿਆ ਚ ਅਸਵੇ ਤੇਜ਼ ਗਾਮ ਪਾਇਆ ਰਸਤੇ ਤਾਮੀਰ ਹੋਏ ਲਸ਼ਕਰ ਨੇ ਦਰਿਆ ਅਬੂਰ ਕੀਤਾ ਜਰਨੈਲ ਮਾਲਿਕ ਅਸ਼ਤਰ 18 ਪੁੱਤਰ ਨਾਲ ਅਸ਼ਰਾਏ ਮੁਹਰਮ ਦਾ ਚੰਨ ਚੜੇ 10 ਦਿਨ ਅਲੀ ਜੰਗ ਸਾਕਿਤ ਰੱਖੀਏ ਮਾਲਿਕ ਅਸ਼ਤਰ ਆਖੇ ਕਿਬਲਾ ਦਰਿਆ ਤੇ ਗਨੀਮ ਦਾ ਕਬਜ਼ੇ ਇਜਾਜ਼ਤ ਦਿਓ ਮੈਂ ਹਮਲਾ ਕਰਾਂ ਫਰਮੈਂਦੇ ਨੇ 10 ਦਿਨ ਇਜਾਜ਼ਤ ਨਹੀਂ ਫੌਜ ਪਿਆਸੀ ਅਲੀ ਆਦੇ ਮੈਂ ਪਾਣੀ ਪੀਵੇ ਸਾਂ ਕੰਬਰ ਨੂੰ ਬੁਲਾ ਕੇ ਆਦਨ 17 ਕਦਮ ਸ਼ੁਮਾਲ ਦੋ ਚੱਲ ਹੁਣ 17 ਕਦਮ ਮਗਰਬ ਦੋ ਚੱਲ ਦਰਮਿਆਨ ਦੀ ਮੱਟੀ ਹਟਾਓ ਸ਼ਫਾਫ 34 ਫੁੱਟ ਮੁਰੱਬਾ ਦੀ ਪੜੀ ਜ਼ਾਹਿਰ ਹੋ ਸੀ ਹਟਾਓ ਇਸ ਤੇ ਥੱਲੇ ਹੁਸਲ ਈਸਾ ਦਾ ਚਸ਼ਮਾ ਖੁਫੀਆ ਇਹ ਕਿਬਲਾ ਮੋਤਬਰ ਤਾਰੀਖਾਂ ਦੀ ਬਾਤ ਕਰੀਬ ਈਸਾਈਆਂ ਦਾ ਇੱਕ ਸ਼ਹਿਰ ਆ ਜਿਹੜੇ ਉਸ ਚਸ਼ਮੇ ਦੀ ਤਲਾਸ਼ ਚੰਨ ਜਿਸ ਨਾਲ ਹੁਸਲ ਦੇ ਕੇ ਮਰੀਅਮ ਨੇ ਈਸਾ ਨੂੰ ਸਮਾਇਆ ਯਾਨੇ ਬੈਤ ਲਹਮ ਜਨਾਬ ਪੜੀ ਜ਼ਾਹਿਰ ਹੋਈ 400 ਜਮਾਨਾ ਢਿੱਲ ਲਾਇਆ ਪੜੀ ਹਿੱਲੀ ਨਾਲੀ ਨਾਲੈਨ ਦੀ ਠੋਕਰ ਲਈ ਜ਼ਰਾ ਤੇ ਤਬਦੀਲ ਹੋ ਕੇ ਫਜ਼ਾ ਤਾਲੀਲ ਹੋ ਗਈ ਕੰਬਰ ਨੂੰ ਆਦਨ ਪਾਣੀ ਭਰ ਕੇ ਪਿਵਾ ਕੰਬਰ ਯਮਨ ਦਾ ਸ਼ਾਹਜ਼ਾਦਾ ਸ਼ਾਹ ਮੁਬਾਰਕ ਦਾ ਭਤੀਜਾ ਫਤਾ ਨਾਮ ਏ ਉਸ ਦੀ ਇਕਲੌਤੀ ਬੇਟੀ ਦਾ ਮੰਗੇਤਰ ਅਲੀ ਤੇ ਦੀਦ ਪਈ ਸ਼ਾਹੀ ਰਹਿ ਗਈ ਸ਼ਾਦੀ ਰਹਿ ਗਈ ਜ਼ਿੰਦਗੀ ਅਲੀ ਦੇ ਘੋੜੇ ਦੇ ਪੱਠੇ ਕਰੇ ਨੇ ਗੁਜ਼ਰੀ
ਯਾਰ ਜਿਹੜਾ ਅਲੀ ਦਾ ਨਾਰਾ ਨਾ ਮਾਰੇ ਯਕੀਨਨ ਉਹਦੀ ਅੰਮੀ ਦੇ ਦੁੱਧ ਚ ਖਲਾਲੇ। ਯਾ ਅਲੀ 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 ਨਾਰਾਏ ਹੈਦਰੀ। ਬਸ ਬੇਟਾ ਹੁਣ ਮੈਨੂੰ ਪੜ੍ਹਨ ਦੇ। ਕਲੰਦਰ ਦਾ ਬੜਾ ਨਾਂ ਲੈਂਦੇ ਹੋ, ਕਲੰਦਰ ਸ਼ਾਹਬਾਜ਼ ਉੜਨ ਵਾਲਾ, ਕਲੰਦਰ ਆਸਮਾਨ ਤੱਕ ਜਾਂਦਾ ਸਿਰ ਪਹੁੰਚੇ। ਜਿਸ ਦਿਨ ਕਰਬਲਾ ਗਏ ਤੇ ਅਲੀ ਦੀ ਜ਼ਰੀ ਤੇ ਦੀਦ ਪਈ ਹੈ, ਅਦੇ ਸਗੇ ਕੂਏ ਸ਼ੇਰ ਜਸਦਾ ਨਾਮਾ। ਸਰ ਗਿਰੋ ਹੈ ਤਮਾਮ ਰਿੰਦਾ ਨਾਮ, ਕੰਬਰ ਆਪਣੇ ਫਜ਼ਾਇਲ ਨੂੰ ਕਲੰਦਰ ਸ਼ੁਰੂ ਹੋ ਗਏ। ਜੋ ਦੁਨੀਆਂ ਦੇ ਆਸ਼ਿਕ ਅਲੀ ਮੈਂ ਉਹਨਾਂ ਦਾ ਹੈਡ ਆਫ ਦਾ ਡਿਪਾਰਟਮੈਂਟ ਆ। ਰਾਹਬਰ ਸਾਲ ਖਾਨ ਇਰਫਾ ਨਾਮ, ਤਮਾਮ ਸਾਲ ਕੀਨ ਤੇ ਆਰਫੀਨ ਦਾ ਮੈਂ ਰਾਹਬਰ ਆ। ਬੜਦਾ ਜਾਂਦੇ ਹੈਦਰੀਆ ਮੈਂ ਹੈਦਰੀਆ, ਫਿਰ ਵੱਧ ਗਏ ਕਲੰਦਰਮ ਮੈਂ ਕਲੰਦਰਾ, ਫਿਰ ਬੜ ਗਏ ਮਸਤਮ ਮੈਂ ਇਸ਼ਕ ਅਲੀ ਚ ਮਸਤਾ। ਜਿਲੇ ਨਜਫ ਅਲੀ ਦੀ ਜ਼ਰੀ ਤੇ ਦੀਦ ਪਈਏ, ਜ਼ਮੀਨ ਤੇ ਆ ਖੜਿਆ ਦੇ ਸਗੇ ਕੂਏ ਸ਼ੇਰ ਯਜ਼ਦਾ ਨਾਮ। ਜੋ ਕੁਛ ਆ ਤੇਰੀ ਗੱਲੀ ਦਾ ਸਾਗਾ, ਓ ਅਲੀ ਦਾ ਸਾਗੇ ਮੈਂ ਕਲੰਦਰ ਦਾ ਸਾਗਾ। ਜਿਹੜਾ ਨਾਰਾ ਨਾ ਮਾਰੇ ਜਾਏ ਜਹੰਨਮ ਹੈਦਰੀ। ਹਾਂ ਪਤਾ ਤਾਂ ਚੱਲਾ, ਹੁਣ ਵੇਖ ਲਓ ਜਨਾਬ ਇੱਕ ਮੌਜਦਾ ਹੈ ਬਾਬਾ ਸ਼ਾਹ ਸੈਕਟਰੀ ਸਾਹਿਬ ਕਿਬਲਾ ਫੀਰ ਸਾਹਿਬ, ਇਹ ਅਜੀਬ ਖਾਤਾ ਹੈ। ਕੰਬਰ ਖੂਹ ਵਿੱਚ ਡੋਲ ਪਾਇਆ ਖਿੱਚੇ ਅਲੀ ਦਾ ਨਾਇਬ ਜਰਨੈਲ, ਮੱਥੇ ਤੇ ਪਸੀਨਾ ਡੋਲ ਨਹੀਂ ਆਉਂਦਾ। ਖੂਹ ਵਿੱਚ ਵੇਖੇ ਅਲੀ ਦਾ ਰੱਸੀ ਤੇ ਹੱਥੇ, ਪਰ ਮੈਨੂੰ ਖਬਰਦਾਰ ਪਾਣੀ ਨਹੀਂ ਖਿੱਚਣਾ। ਪਿੱਛਾ ਵੇਦੇ ਅਲੀ ਆਦੇ ਪਾਣੀ ਖਿੱਚ, ਫਿਰ ਤਲੇ ਵੇਦੇ ਅਲੀ ਆਦੇ ਸਿਰ ਕੱਟ ਲੈ ਸਾਂ, ਫਿਰ ਪਿੱਛੇ ਵੇਦੇ ਅਲੀ ਆਦੇ ਆਡਰ ਦੇਣਾ ਪਾਣੀ ਖਿੱਚ। ਰੱਸੀ ਛੋੜ ਕੇ 60 ਕਦਮ ਦੂਰ ਵੰਜ ਖਲੋਤਾ, ਅਲੀ ਆਦੇ ਪਾਣੀ ਕਿਉਂ ਨਹੀਂ ਛਿਕਿਆ ਖਿੱਚਿਆ। ਆਦੇ ਖੂਹੇ ਆਦੇ ਤਲਵਾਰਾਂ ਵਿਖੇ ਨੇ, ਇੱਥੇ ਆਦੇ ਖਬਰਦਾਰ ਨਹੀਂ ਖਿੱਚਣਾ। ਮੈਂ ਮੁਹੰਮਦ ਆ ਤੈਨੂੰ ਜਾਣਾ ਤੂੰ ਕੌਣ ਹੈ। ਮੋਮਨ ਮਵਾਲੀ ਸੈਯਦ ਹੋ ਸੈਯਦ ਬਾਬਾ, ਇਹ ਡਰਾਮਾ ਏ ਖੂਹ ਚ ਅਲੀ ਏ ਬਾਹਰੀ ਅਲੀ ਏ, ਇਸ ਤੇ ਕਿਆ ਮਾਨਣ। ਇਸੇ ਨੂੰ ਆਦਨ ਮਜ਼ਹਰੁਲ ਅਜਾਇਬ ਵਲ ਗਰਾਇਬ। ਇਹ ਹੁੰਦੀ ਇੱਕ ਕਰੀਬੀ ਮਿਸਾਲ। ਇਹ ਜੰਗ ਚੱਲੀ ਏ 16 ਸਫ਼ਰ ਤੱਕ, ਔਰ 16 ਸਫ਼ਰ ਦੀ ਰਾਤ ਨੂੰ ਵਾੜਾ ਪੀਰਾਂ ਚ ਮਜਲਿਸ ਸੁਣਨ ਵਾਲਾ ਆਦਨ ਲੈਲਾ ਤੁਲ ਹਰੀਰ, ਬਰਫ਼ਬਾਰੀ ਹੋਈ ਏ। ਮਾਲਕ ਅਸ਼ਤਰ ਅਲੀ ਕਨੇ ਕਿਬਲਾ, ਡੇਢ ਮਾਹ ਹੋ ਗਏ ਮੈਂ ਮਾਰ ਮਾਰ ਕੇ ਇਹਨਾਂ ਦਾ ਨਸਲਾਂ ਤਬਾਹ ਕਰ ਦਿੱਤੇ, ਲੇਕਿਨ ਯਾਜੂਜ ਮਾਜੂਜ ਸੁਬਹ ਦੁਗਨੇ ਹੋਣ।
ਕਿਬਲਾ ਮੇਰੇ ਕੋਲੋਂ ਖਤਮ ਨਹੀਂ ਹੁੰਦੇ। ਹੁਣ ਯਾ ਅਲੀ ਆਪਣਾ ਇੰਤਜ਼ਾਮ ਕਰ, ਮੁਸਕਰਾ ਕੇ ਅਲੀ ਆਦੇ ਜਾ, ਆਰਾਮ ਦਾ ਸਾਏ ਜਾ। ਸਵੇਰੇ ਅਲੀ ਇੰਤਜ਼ਾਮ ਕਰ ਸੀ, 16 ਸਫ਼ਰ ਦਾ ਦਿਨ ਹੋਇਆ, ਅਲੀ 32,000 ਦਾ 32 ਸਫ਼ਾ ਲਾਈਆਂ, ਘੋੜੇ ਤੇ ਸਵਾਰ ਹੋਇਆ। ਹਰ ਸਫ ਦਾ ਇੰਚਾਰਜ ਅੱਜ ਅਲੀ ਦਾ ਇੱਕ ਇੱਕ ਬੇਟਾ ਏ। ਕਿਸੇ ਸਫ ਦਾ ਇੰਚਾਰਜ ਹਸਨ, ਕਿਸੇ ਦਾ ਹੁਸੈਨ, ਕਿਸੇ ਦਾ ਮੁਹੰਮਦ ਹਨਫੀਆ, ਕਿਸੇ ਦਾ ਜਾਫਰ ਅਕੀਲ, ਆਉਣ ਯਾਹਿਆ, ਮੂਸਾ। ਕਲਬੇ ਲਸ਼ਕਰ ਦਾ ਇੰਚਾਰਜ ਏ, ਖਾਨਦਾਨ ਕਲਾਬੀਆ ਤੇ ਹਾਸ਼ਮੀਆ ਦੇ ਖੂਨ ਦਾ ਅਜ਼ੀਮ ਇਮਤਜ਼ਾਜ, ਕਿਰਦਗਾਰ ਵਫਾ ਅੱਬਾਸ, ਕਲਬੇ ਲਸ਼ਕਰ ਚ ਅਲੀ ਬਣ ਕੇ ਖਲੋਤੇ। ਵਾਹ ਵਾਹ ਵਾਹ, ਹਰ ਸ਼ੈ ਮੁਕੰਮਲ ਹੋ ਗਈ ਏ। ਕਿਬਲਾ ਅੱਬਾਸ, ਅਗਰ ਤੁਸੀਂ ਮੇਰੇ ਨਾਲ ਗੱਲ ਕੀਤੀ ਏ ਤਾਂ ਇਸ ਘਰ ਚ ਹਸਨ ਜੈਸਾ ਨਾਜ਼ਨੀਨ ਏ, ਇਸ ਘਰ ਚ ਹੁਸੈਨ ਜੈਸਾ ਸੋਹਣਾ ਏ, ਇਸ ਘਰ ਚ ਅਲੀ ਜੈਸਾ ਬੇਅਬ ਹਸੀਨ ਏ। ਲੇਕਿਨ ਮੈਨੂੰ ਇਸ ਅਲਮ ਦੀ ਕਸਮ, ਕਮਰੇ ਬਨੂ ਹਾਸ਼ਿਮ ਅੱਬਾਸ ਏ। ਕੋਈ ਬੈਠੇ ਸੁਣਨ ਵਾਲਾ, ਹਾਸ਼ਮੀਆਂ ਦਾ ਚੰਨ, ਜ਼ਮਾਨੇ ਕੋ ਕਿਆ ਪਤਾ ਅੱਬਾਸ ਕਿਆ ਹੈ, ਇਹ ਜਾਹਿਲ ਜ਼ਮਾਨਾ ਕਿਆ ਜਾਣੇ ਅੱਬਾਸ ਕਿਆ ਹੈ। ਜਿਹੜੇ ਸਿਆਣੇ ਮੰਗਣ ਵਾਲੇ ਹੋਣ ਉਹ ਅੱਬਾਸ ਤੋਂ ਰੁਖ ਕਰਨ। ਅਗਰ 14 ਕਨੇ ਮੰਗਸੇ ਤਾਂ ਲਾਓ ਮਹਿਫੂਜ਼ ਪੜਦਨ। ਇਹ ਅਲਮ ਦਾ ਇੱਕ ਨੁਕਤਾ ਹੈ ਅਮਲ ਦਾ। 14 ਮਨਸੂਸ ਮਿਨ ਅੱਲਾਹ ਹਨ, ਇਹਨਾਂ ਤੇ ਸਵਾਲ ਕਰਸੇ ਲਾ ਮਹਿਫੂਜ਼ ਪੜਸਨ, ਲਿਖਿਆ ਹੋਇਆ ਕਿਆ ਹੈ। ਅਗਰ ਕਿਸੇ ਦਾ ਪੁੱਤਰ ਨਹੀਂ ਇਹ ਚਾਹਨ 14 ਤਾਂ ਹੋ ਪੈਂਦੇ। ਅੱਬਾਸ ਮਸਲੇ ਦੀ ਕੈਦ ਤੂੰ ਆਜ਼ਾਦ ਹੈ, ਜੋ ਮੰਗ ਮਿਲ ਵੈਂਦੇ, ਗਾਜ਼ੀ ਲਾ ਮਹਿਫੂਜ਼ ਦਾ ਮੋਹਤਾਜ ਨਹੀਂ। ਹਾਂ ਇਹ ਆਮ ਬਾਤ ਨਹੀਂ ਕਿ ਨੌਜਵਾਨ ਕੜੀ ਪਾਵਣ ਵਾਲਾ, ਇਹ ਕੜੀ ਨਹੀਂ, ਅਗਰ ਜ਼ੇਵਰ ਸਮਝ ਕੇ ਪਾਈ ਤਾਂ ਜਹੰਨਮ ਏ, ਅਗਰ ਅਲੀ ਦੀ ਹੱਥ ਕੜੀ ਪਾਈ ਤਾਂ ਜੰਨਤ ਵਾਜਿਬ ਏ। ਇਹ ਇਸ਼ਕ ਅਲੀ ਦੀ ਹੱਥ ਕੜੀ ਏ, ਹੁਣ ਤੇਰਾ ਜਿਸਮ ਤੇਰਾ ਨਹੀਂ ਅਲੀ ਦੇ। ਇਹ ਆਮਾਲ ਕਰਬਲਾ ਤੋਂ ਲਭਦਨ, ਯਾਰਾਂ ਦਾ ਹੁਸੈਨ ਦਾ ਜ਼ਵਾਰਾ। ਜ਼ਰਾ ਦੀਦ ਰੱਖਣਾ, ਅੱਜ ਮੈਂ ਤੈਨੂੰ ਅੱਬਾਸ ਦਾ ਉਹ ਹਮਲਾ ਸੁਣੇਨਾ, ਜਿਹਦੇ ਚ ਅਲੀ ਗਾਜ਼ੀ ਦਾ ਲਖਬ ਦਿੱਤੇ। ਏਡੀ ਵੱਡੀ ਅੱਬਾਸ ਤੇ ਸਲਵਾਤ ਪੜ, ਜੰਨਤ ਵਾਜਿਬ ਹੋ ਜਾਵੇ। ਅੱਲਾਹੁਮਾ ਸੱਲੇ ਅਲਾ ਮੁਹੰਮਦ ਵਾਲ ਮੁਹੰਮਦ, ਔਰ ਸਲਵਾਤ ਪੜ ਇਸ ਤੋਂ ਬੜੀ ਗਾਜ਼ੀ ਮੌਲਾ ਤੇ। ਅੱਲਾਹੁਮਾ ਸੱਲੇ ਅਲਾ ਮੁਹੰਮਦ ਵਾਲ ਮੁਹੰਮਦ। ਹੁਣ ਨਾਰਾ ਮਾਰ ਤੇ ਮੰਗ ਲੈ ਅਲੀ ਆ ਜਾ ਸੀ। ਯਾ ਅਲੀ, 16 ਸਫ਼ਰ ਦਾ ਦਿਨ ਚੜਿਆ,
ਬਾਤ ਲੰਮੀ ਆਈ। ਭਾਈ ਸਾਹਿਬ ਉਸ ਨੂੰ ਕਲੋਸ ਕੀਤੇ। ਅਲੀ 32,000 ਦਾ 32 ਸਫਲ ਆਇਆ। ਕਿਸੇ ਸਭ ਦਾ ਇੰਚਾਰਜ ਹਸਨ, ਕਿਸੇ ਦਾ ਹੁਸੈਨ। 16 ਪੁੱਤਰ ਅੱਜ ਜਰਨੈਲ ਹਨ, ਸਫਾਂ ਦੇ ਇੰਚਾਰਜ ਹਨ। ਮੈਮਨਾ ਤੇ ਹਸਨ ਏ, ਮੈਸਰਾ ਤੇ ਹੁਸੈਨ ਏ, ਮੁਕੱਦਮਾ ਤੇ ਜਾਫਰ ਤਿਆਰ ਏ, ਕੱਲਾ ਬੇ ਲਸ਼ਕਰ ਚ ਅੱਬਾਸ ਏ, 10 ਸਾਲ ਦੀ ਉਮਰ ਏ ਇਬਨੇ ਇਮਾਮ ਏ, 10 ਸਾਲ ਚ ਹਾਸ਼ਮੀਆ ਦਾ ਚੰਨ, 2 ਰਕਾ ਬੇ ਘੋੜੇ ਦਾ ਸਵਾਰ ਏ। ਹਰ ਜਮਾਨ ਨੂੰ ਅਲੀ ਜ਼ੀਨ ਤੇ ਵੇਖਿਆ, ਜਲੇ ਕੱਲਾ ਬੇ ਲਸ਼ਕਰ ਤੇ ਆਏ, ਅਲੀ ਜ਼ੀਨ ਤੋਂ ਉਤਰਿਆ। ਬਾਬਾ ਜਨ ਫਜ਼ਾਇਲ ਦੇ ਮੂਡ ਚ ਰਹੇ, ਗਾਜ਼ੀ ਦਾ ਸਦਕਾ ਫਰਮੈਨ ਆਇਨਾ ਆਇਨਾ ਵਲਦੀ ਅਲ ਅੱਬਾਸ, ਕਹਾਂ ਹੈ ਮੇਰਾ ਅੱਬਾਸ ਬੇਟਾ। ਜਿਵੇਂ ਮੂਸਲਾਧਾਰ ਬਾਰਿਸ਼ ਚ ਸ਼ੇਰ ਚਿੰਘਾੜ ਕੇ ਚੱਲਦੇ, ਮਚਲਦਾ ਹੋਇਆ ਅੱਬਾਸ ਅਲੀ ਦੇ ਕਦਮਾਂ ਚ ਆਏ। ਕਦੋਂ ਮੈਂ ਮਹਿਮਨਤ ਲਜ਼ੂਮ ਦੇ ਬੋਸੇ ਦੇ ਬਾਅਦ ਅਲਰਟ ਜੰਗੀ ਪੋਜੀਸ਼ਨ ਚ ਖੜੇ, ਕਿਆ ਹੁਕਮੇ ਅੱਬਾ ਜਾਨ, ਸਰ ਕਨੇ ਪੈਰੇ ਤੋਣੀ ਅੱਬਾਸ ਦੇ ਵਜੂਦ ਦੇ ਜਲਾਲੀ ਦਾ ਅਲਵੀ ਨਿਗਾਹ ਚ ਅਲੀ ਜੈਜ਼ਾ ਲਿਆ। ਹਰ ਮੋਮਿਨ ਆਪਣੇ ਮੂਡ ਚ ਆ ਗਏ, ਹਰ ਮੋਮਿਨ ਆਪਣੇ ਆਪਣੇ ਮਿਜ਼ਾਜ ਚ ਆ ਗਏ। ਮੈਂ ਰੋਕ ਨਹੀਂ ਸਕਦਾ, ਅੱਬਾਸ ਕਰੀਬ ਆਏ, ਸ਼ਾਮ ਦੇ ਚੰਦ ਗੁਸਤਾਖ ਜਰਨੈਲ ਘੋੜੇ ਦੌੜੇ ਦੇ, ਦਾਵਤ ਕਰਕੇ ਆ ਦਿਨ ਯਾਲੀ ਹਲਮੇ ਮੁਬਾਰਜ਼ਨ, ਯਾਲੀ ਸਾਡੇ ਮੁਕਾਬਲੇ ਚ ਆ ਜਾ। ਅਲੀ ਦੇ 18 ਸ਼ੇਰਾਂ ਦੇ ਪਰ ਪਰਵਾਸ ਤੇ ਤਿਆਰ ਥੈਨ, ਮੈਂ ਕੋ ਅਲਮ ਦੀ ਕਸਮ ਏ, 4 ਫੁੱਟ ਅੱਬਾਸ ਦਾ ਜ਼ਮੀਨ ਤੋਂ ਉੱਠ ਗਏ। ਸਾਰੇ ਵਜੂਦ ਦਾ ਖੂਨ ਖਿੱਚ ਕੇ ਦੌੜ ਕੇ ਆ, ਮੇਰਾ ਬੱਚਾ ਸ਼ਾਬਾਸ਼ ਸ਼ਾਬਾਸ਼, ਦੌੜ ਕੇ ਆ, ਦੌੜ ਕੇ ਆ, ਜ਼ਮੀਨ ਹੀ ਹਲਵੇ ਸੀ ਗਾਜ਼ੀ ਦੇ ਬਰਕਤ ਨਾਲ, ਆਸਮਾਨ ਹੀ ਹਲਵੇ ਸੀ। 4 ਫੁੱਟ ਪੈਰ ਅੱਬਾਸ ਦਾ ਜ਼ੀਨ ਤੋਂ ਉੱਠ ਗਏ ਭਾਈ, ਸਾਰੇ ਵਜੂਦ ਦਾ ਖੂਨ ਖਿੱਚ ਕੇ ਗਾਜ਼ਾ ਇਤਰਤ ਬਣ ਕੇ ਚਸ਼ਮਾ ਕੇ ਅਹਮਰ ਚ ਰਮਕ ਮਾਰੀ। ਆਦੇ ਬਾਬਾ ਜਾਨ ਕਿਆ ਹੁਕਮੇ, ਅੱਬਾਸ ਆਦੇ ਮੁਲਕ ਇਰਾਕ ਏ, ਦਰਿਆ ਫੁਰਾਤ ਏ, ਚੰਨ ਮੁਹਰਮ ਦੇ, ਤੂੰ ਅੱਬਾਸ ਏ। 22 ਸਾਲ ਪਹਿਲੇ ਕਰਬਲਾ ਤੋਂ, 22 ਸਾਲ ਪਹਿਲੇ 17 ਬਿਰਾਵਾਂ ਨੂੰ ਅੱਬਾਸ ਦੇ ਪਿਓ ਦੇ ਦੁਸ਼ਮਣ ਕੋ ਦੁਨੀਆ ਤੇ ਤੁਰਦਾ ਵੇਖ ਕੇ ਸਾਣਾ ਖੂਨ ਦੀ ਤੌਹੀਨ ਏ। ਮੇਰੇ 61 ਸਾਲ ਦੇ ਬਾਬੇ ਨੂੰ ਇੰਨਾ ਜੰਗ ਦੀ ਦਾਵਤ ਦਿੱਤੀ ਏ, ਅਗਰ ਅੱਜ ਇਹਨੇ ਦੇ ਰੂਹ ਕਬਜ਼ ਕਰਨ ਦੀ ਇਜਾਜ਼ਤ ਨਾ ਮਿਲੀ, ਸ਼ੌਕ ਏ ਜਿਹਾਦ ਕਨੇ ਮੇਰਾ ਜਿਗਰ ਫਟ ਵੈ ਸੀ। 17 ਪੁੱਤਰ ਕਰੀਬ ਹਨ ਬਾਬਾ ਜਾਨ, ਅੱਜ ਅੱਬਾਸ ਤੇ ਜੰਗ ਦਾ ਹੱਕ ਬਣਦੇ। ਅਲੀ ਆਦੇ ਅਜੀਬ ਸਲਾਹ ਹੈ, ਹਸਨ ਹੁਸੈਨ 10 ਸਾਲ ਦਾ ਫੁੱਲ ਏ, ਜ਼ੀਨ ਸਵਾਰੀ ਦਾ ਮਾਹਿਰ ਨਹੀਂ, ਰਾਜ਼ੇ ਜੰਗ ਮੈਂ ਸਮਝਾਏ ਨਹੀਂ, ਇਹ ਸ਼ਾਮ ਦੇ ਅਯਾਰ ਮਕਾਰ ਲੋਕ ਹਨ, ਨਾਲੇ ਅੱਬਾਸ ਕਿਸੇ ਦਾ ਮਾਲ ਏ, ਮੈਂ ਅਮੀਨ ਆ। ਜਲੇ ਪਤਾ ਲੱਗੇ ਗਾਜ਼ੀ ਕੋ ਮੇਰਾ ਬਚਪਨ ਰੁਕਾਵਟ ਬਣਦੇ, ਬੇਰਾ ਮਨ ਦਿਸਾ ਫਟਾ ਕੇ ਆਦੇ ਬਾਬਾ ਸਭ ਕੁਛ, ਲੇਕਿਨ ਇਸ ਦਸਤਾਰ ਦਾ ਵਾਸਤੇ ਜਿਹੜੀ ਗਦੀਰ ਦੇ ਦਿਨ ਮੁਹੰਮਦ ਤੇਰੇ ਸਿਰ ਤੇ ਬਧਾਈ ਏ, ਮੈਂ ਤੇਰਾ ਪੁੱਤਰ ਹਾਂ। ਅਲੀ ਆਦੇ ਅੰਤਾ ਇਬਨੀ ਹੱਕਾਂ, ਯਕੀਨਨ ਤੂੰ ਮੇਰਾ ਬੇਟਾ ਹੈ। ਗਾਲੀਆ ਦੇ ਜਬ ਮੇਰੇ ਖੂਨ ਚਾਲੀ ਏ, ਜੰਗ ਸਿੱਖਣ ਦੀ ਲੋੜ ਹੀ ਨਹੀਂ। ਵਾਹ ਸੁਣਨ ਵਾਲਾ, ਓ ਤੇਰੇ ਚ ਤੇਰੇ ਚ ਪੜ ਨਹੀਂ ਸਵਾਬ,
ਦਾਦੋਂ ਦੀਏ ਜੋ ਫੇਰੀਆ ਹੋਵੇ ਜਿਸ ਦੇ ਵਿੱਚ ਖੂਨ ਮੁਹੱਬਤ ਅਲੀ ਦਾ ਸ਼ਾਮਿਲ ਹੋਵੇ ਉਹ ਹੈ ਦਾਦ ਉਹ ਹੈ ਮਜਲਿਸ ਸੁਣਨ ਦਾ ਦੀਨੀ ਹੱਕ ਹਸਨ ਹੁਸੈਨ ਮੁਹੰਮਦ ਹਨਫੀਆ ਜੀ ਬਾਬਾ ਜਾਨ ਜਾਓ ਅੱਬਾਸ ਨੂੰ ਜੰਗ ਦੀ ਵਰਦੀ ਪਵਾ ਪੇਰਾਨ ਖੁਸ਼ਨੂਤ ਬਣਦਾ ਹੈ ਬਦ ਦਸਤਾਰ ਫਜ਼ੀਲਤ ਕਮਰ ਬੰਦ ਮੁਹੱਬਤ ਨਾਲੈਨ ਅਜ਼ਮਤ ਅੰਗੁਸ਼ਤਰੀ ਸੁਲੇਮਾਨ ਜ਼ਿਲਾ ਦਾਊਦ ਤਾਵੀਜ਼ ਜ਼ਹਰਾ ਅਲਮ ਨਦਾਰ ਕਮਾਨ ਕਾਇਦਾਰ ਰਿਦਾਏ ਆਦਮ ਖੁੱਲਤ ਇਬਰਾਹੀਮ ਸਫਵਤ ਈਸਾ ਕਲਮਤੁੱਲਾ ਏ ਮੂਸਾ ਦਸਤਾਰ ਮੁਰਤਦਾ ਹਸਨ ਕੋਚ ਪਕੜੀ ਹੁਸੈਨ ਆਸਰਾ ਦਿੱਤਾ ਮਾਣ ਭੇਣੀ ਦਾ ਜ਼ੀਨ ਚਾਇਆ ਵਾਹ 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 ਜਿਗਰ ਠਰ ਗਏ ਮੈਂ ਯਾਰ ਮਜਲਿਸ ਦਾ ਵੇਦਾ ਖਣਾ ਇਸ ਨੂੰ ਆਧਨ ਮਵਾਲੀ ਓਏ ਉੱਠ ਕੇ ਨਾਰੇ ਮਾਰਨ ਵਾਲਾ ਬਹਿ ਜਾ ਜਿਹਦਾ ਮੁਰਸ਼ਿਦ ਅੱਬਾਸ ਹੋਵੇ ਜਿਹੜਾ ਉਸ ਨੂੰ ਜਹਨਮੀ ਆਖੇ ਉਹ ਹਰਾਮ ਜ਼ਾਦਾ ਹੈ ਅੱਬਾਸ ਏ ਸਲਤਨਤ ਹੁਸੈਨੀਆ ਦਾ ਵਜ਼ੀਰ ਆਜ਼ਮ ਤਵਜੋ ਹੈ ਅੱਬਾਸ ਹੀ ਨਾ ਜਾਏ ਉੱਚੇ ਟਿੱਬੇ ਤੇ ਅਲੀ ਖੜੇ 70 ਮੀਲ ਦਰਿਆ ਦੇ ਕਿਨਾਰੇ ਤੇ 70,000 ਫੌਜ ਦਾ ਕਬਜ਼ਾ ਹੈ ਅਗਰ ਆਖੋ ਤਾਂ ਹਮਲਾ ਸੁਣਾ ਵਾ ਹਾਂ ਅਗਰ ਸ਼ੌਕ ਕਹੇ ਤਾਂ ਹਮਲਾ ਸੁਣਾ ਵਾ ਹੁਣ ਹਰ ਚੀਜ਼ ਮੁਕੰਮਲ ਏ ਦਰਿਆ ਦਾ ਰੁਖ ਕੀਤੇ 10,000 ਦੀ ਸਫ ਏ 70 ਮੀਲ ਇੱਕ ਦਫ਼ਾ ਰਕਾਬੇ ਤੇ ਜ਼ੋਰ ਦੇ ਕੇ ਗਾਜ਼ੀ ਜ਼ੀਨ ਚੋਂ ਖੜਾ ਹੋਏ ਫਿਰ ਜ਼ੀਨ ਚ ਆਏ ਜਲੇ ਕਰੀਬ ਗਏ ਫਿਰ ਰਕਾਬਾ ਤੇ ਜ਼ੋਰ ਦੇ ਕੇ ਖੜਾ ਹੋਏ ਜਲੇ ਤੀਸਰੀ ਦਫ਼ਾ ਖੜਾ ਹੋਏ ਤੇ ਅੰਗੜਾ ਹਿਲਾਈ ਇਸ ਗਾਜ਼ੀ ਦੀ ਕਸਮ ਏ ਰਕਾਬਾ ਟੁੱਟ ਗਏ ਅਲੀ ਮਜਲਿਸ ਹੀ ਹੋ ਗਈ ਜਲੇ 7ਵੇਂ ਹਮਲੇ ਤੇ ਆਏ ਸਾਰਾ ਮਜਮਾ ਸੈਯਦ ਦਾ ਦਾਵਾ ਤੇ ਜ਼ਰਾ ਮੈਡੋ ਵੇਖੀ ਸੈਯਦ ਦੀ ਦਾਵਤ ਆਈ 27 ਜਰਨੈਲ ਸ਼ਾਮ ਦੇ ਕੁਛ ਅੱਗੇ ਕੁਛ ਪਿੱਛੇ ਕੁਛ ਸੱਜੇ ਕੁਛ ਖੱਬੇ 27 ਗੁਰਦ ਨੇਜ਼ੇ ਤਰਕਸ਼ ਕਮਾਣਾ ਅੱਬਾਸ ਤੇ ਝੁਕ ਗਏ 5ਵੇਂ ਅੱਬਾਸ ਦੀ ਜੰਗ ਦਾ 90% ਉਸਤਾਦ ਹੁਸੈਨ ਸੈਯਦਾ ਪਾਲਿਆ ਸੈਨਾਬੇ ਜੰਗ ਹੁਸੈਨ ਸਿਖਾਈ ਜਿਲੇ 27 ਗੁਰਦ ਨੇਜ਼ੇ ਬਦਲਾਂ ਦੀ ਤਰ੍ਹਾਂ ਝੁਕਣ ਹੁਸੈਨ ਦੇ ਖਬਰਦਾਰ ਅੱਬਾਸ ਇਹ ਚੱਕਰ ਅਮਰ ਘਬਰਾਉਣਾ ਨਹੀਂ ਹਾਸ਼ਮੀ ਖੂਨ ਜਿਲੇ 27 ਗੁਰਦ ਨੇਜ਼ੇ ਤਰਕਸ਼ ਕਮਾਣਾ ਬਿਜਲੀ ਦੀ ਤੇਜ਼ੀ ਨਾਲ ਜਵਾਨ ਗਾਜ਼ੀ ਦੇ ਸਿਰ ਦੋਐਨ 7 ਗਜ਼ ਗਾਜ਼ੀ ਜ਼ੀਨ ਚੋਂ ਉਛਲਿਆ ਹੁਸੈਨ ਦੇ ਅੱਬਾਸ ਹਮਲਾ ਕਦਾ ਨਹੀਂ ਕਰਨਾ
ਪਰਵਾਦ ਤਲਵਾਰ ਚਲਾਈਏ ਤਾਂ ਖੋਦ ਕੱਟੇ ਨੇਜ਼ੇ ਕੱਟੇ ਤਰਕਸ਼ ਕੱਟੀਆਂ ਕਮਾਣਾ ਕੱਟੀਆਂ ਸਵਾਰ ਕੱਟੇ ਰਹਿਵਾਰ ਕੱਟੇ ਜਿਬਰੀਲ ਦੇ ਪਰ ਤੇ ਤਲਵਾਰ ਆਰਾਮ ਕੀਤੇ ਜਨਾਬ ਹਸਨ ਦੇ ਜਲੇ ਸ਼ਾਬਾਦ ਅਲੀ ਜ਼ੀਨ ਚ ਉਛਲੇ ਚਾਵਣ ਲਈ ਜਿਬਰੀਲ ਲਹਾਵਣ ਲਈ ਜਿਬਰੀਲ ਮਰਹਬਾ ਸੋਹਣਾ ਮਰਹਬਾ ਮੁਲਕ ਦਾ ਬੜਾ ਮਜਮਾ ਮਰਹਬਾ ਹਲਾਲ ਦਾਦੇ ਮਰਹਬਾ ਤੁਹਾਨੂੰ ਮਰਹਬਾ ਮੈਂ ਤੁਹਾਡਾ ਬਾਪ ਹਾਂ ਮਸਤੂਰਾਤ ਮੈਂ ਤੁਹਾਡਾ ਪਿਓ ਹਾਂ ਸੈਯਦ ਉਮਤ ਦਾ ਬਾਪ ਹੁੰਦੇ ਜਿਹੜਾ ਤੁਹਾਡੇ ਗਲਤ ਨਿਗਾਹ ਵੇਖੇ ਸ਼ਿਮਰ ਦਾ ਪੁੱਤਰ ਇਹੋ ਜੇ ਛੇ ਅਲੀ ਕਰਬਲ ਚ ਜ਼ੈਨਬ ਦੇ ਨਾਲ ਹਨ ਜਿਲੇ ਚਾਦਰ ਲੱਥੀ ਏ ਰੋਲਾ 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 ਮੇਰਾ ਬੱਚਾ ਇੱਥੇ ਹੀ ਬਹਿ ਜਾ ਮੇਰਾ ਬੱਚਾ ਇਹ ਮੇਰਾ ਬੇਟਾ ਆ ਗਏ ਮੇਰਾ ਅਜ਼ੀਜ਼ ਆ ਗਏ ਮੈਂ ਵਾਲਾ ਦਾ ਯਾਰ ਮਿੰਨਤ ਕੈਸੀ ਸੈਯਦਾਂ ਸੈਯਦਾਂ ਹੱਥ ਮੇਰੇ ਅੱਗੇ ਨਾ ਜੋੜ ਇਹੋ ਜੇ ਛੇ ਅਲੀ ਜ਼ੈਨਬ ਦੇ ਨਾਲ ਹਨ ਜਲ ਦਸਵੀਂ ਦੀ ਦੀਗਰ ਨੂੰ ਕੁੱਤੇ ਦੇ ਪੁੱਤਰ ਚਾਦਰ ਲਹਾਈ ਮੇਰਾ ਬਚੜਾ ਬੜਾ ਮੁਸ਼ਕਿਲ ਮਾਹੌਲ ਏ ਮੇਰਾ ਪੁੱਤਰ ਤੇਰੇ ਸਾਹਮਣੇ ਇੱਕ ਸੈਯਦ ਬਣਨ ਵਾਲੇ ਔਰ 6 ਵਜੇ ਦਾ ਟਾਈਮ ਹਾ ਮੇਰਾ ਅੱਲਾ ਮੇਰਾ ਹੱਥ 6 ਵਜੇ ਦਾ ਟਾਈਮ ਹਾ ਖੈਮੇ ਨੂੰ ਅੱਗ ਲੱਗੀ ਹੋਈ ਆਈ ਬੱਚੇ ਦੌੜਦੇ ਵਧੇ ਹਨ ਅੰਮਾ ਕਿੰਨ ਗਈ ਅਗਰ ਹਰਾਮ ਜ਼ਾਦਾ ਮੰਗ ਲੈਂਦਾ ਤਾਂ ਲੈਣਾ ਭਾਈ ਜਾਣਦੀ ਆਈ ਨਹੀਂ ਰਾਣੀ ਲਾ ਕੇ ਰੱਖ ਦੇਵੇ ਹਾ ਆਖਿਆ ਚੁੱਕ ਲੈ ਮੇਰੇ ਨੇੜੇ ਨਾ ਇੰਜ ਚਾਦਰ ਲਾਈ ਇਸ ਸ਼ਾਮ ਤੱਕ ਗਾਜ਼ੀ ਨੂੰ ਆਦੀ ਗਈ ਏ ਮੇਰੀ ਰਾਤ ਨਹੀਂ ਰੁਕਦੀ ਹਾਏ ਹਾਏ ਕਰਨ ਡੇ ਮਾਤਮ ਕਰਨ ਡੇ ਕਰਨ ਡੇ ਕੋਈ ਨੀ ਮਰਦਾ ਕਰਨ ਡੇ ਨੈਨ ਮਾਤਮ ਮੈਂ ਕਿਹ ਬਣਾ ਅੱਜ ਦੁਨੀਆਂ ਨੂੰ ਇਲਮ ਨਹੀਂ ਕੌਣ ਸੀ ਨਿਭਾ ਰਹੇ ਅੱਜ ਦੁਨੀਆਂ ਜਾਣਦੀ ਨਹੀਂ ਉਹ ਸਿਰ ਤੇ ਮਾਤਮ ਕਰਨ ਵਾਲਾ ਇਹ ਦੋਨੋਂ ਅਲਮ ਮੈਂ ਗਵਾਹੀ ਦੇਣਾ ਅੱਜ ਕੂਫੇ ਜ਼ੈਨਬ ਦੀ ਸੋਲਵੀਂ ਪੇਸ਼ੀ ਏ ਤੁਹਾਡੀ ਜ਼ਿੰਦਗੀ ਦਰਾਜ ਰੱਖੇ ਮੈਂ ਹੌਸਲੇ ਛੜਾ ਵਰਨਾ ਮਰ ਵੰਜੇ ਇਨਸਾਨ ਪੜ੍ਹਨ ਲਈ ਮਰ ਜਾਏ ਸੁਣਨ ਲਈ ਮਰ ਜਾਣ ਜਦਨ ਭਿਰਾ ਮਰਾ ਕੇ ਗੁਜ਼ਰੀਏ ਜਦਨ ਭਿਰਾ ਮਰਾ ਕੇ ਗੁਜ਼ਰੀਏ ਜ਼ੈਨਬ ਹਰ ਰੋਜ਼ ਪੇਸ਼ੀਏ ਔਰ ਮਰ ਜਾਵੇ ਆ ਉੱਥ ਪੇਸ਼ੀਏ ਜਿੱਥ ਪਿਓ ਦੀ ਸ਼ਾਹੀ ਹਸ ਅਲਮਾਨ ਤੂੰ ਤਿਆਰ ਬੈਠੇ ਮੈਨੂੰ ਪੜ੍ਹਨ ਦੇਂਦੇ ਮੈਂ ਪੜ੍ਹ ਸਕਦਾ ਓ ਮਖਦੂਮ ਅਲੀ ਸ਼ਾਹ ਓ ਬਾਨੀਏ ਮਜਲਿਸ ਜ਼ਿੰਦਗੀ ਦਾ ਇਲਮ ਨਹੀਂ ਫਿਰ ਆਵਾਂ ਜਾਂ ਨਾ ਆਵਾਂ ਸਭ ਤੋਂ ਪਹਿਲੇ ਜਲ ਜ਼ੈਨਬ ਕੂਫੇ ਆਈਏ ਉਸ ਬਾਜ਼ਾਰ ਚੋ ਗੁਜ਼ਾਰੀ ਨੇ ਜਿਥ ਕੁਲ ਫਿਰਾ ਦੇ ਕਾਤਲ ਆਬਾਦਨ
ਅੱਧਾ ਬਾਜ਼ਾਰ ਜ਼ੈਨਬ ਖੜ ਕੇ ਤੁਰੀ ਏ ਕਹਿਣਾ ਬਰਦਾਸ਼ਤ ਕਰੇ ਸੇ ਕੀਆ ਮਾਤੇ ਅੱਧ ਬਾਜ਼ਾਰ ਚ ਜ਼ੈਨਬ ਮਜਬੂਰ ਹੱਥ ਸਿਰ ਤੇ ਰੱਖ ਕੇ ਬਾਜ਼ਾਰ ਚ ਬਹਿ ਗਈ ਏ ਜ਼ੈਨਬ ਦਾ ਬਾਣਾ 14 ਸੈਯਦਾਂ ਦੇ ਸਿਰ ਮਿਲਾਇਨ ਪਿੱਛੇ ਗਾਜ਼ੀ ਦੇ ਸਿਰ ਸਾਂਗ ਛੋੜੀਏ ਹੁਸੈਨ ਦੇ ਕਰੀਬ ਆ ਕੇ ਆਦੇ ਹੁਣ ਇਸਲਾਮ ਬਚ ਗਈ ਹੁਣ ਦੀਨ ਬਚ ਗਈ ਆ ਵੇਖ ਬਹਿ ਬਹਿ ਕੇ ਵਧੀ ਤੁਰਦੀ ਏ ਕਮਾਲ ਏ ਕਮਾਲ ਏ ਜੀ ਅਗਰ ਤੁਹਾਡੀ ਮਜਲਿਸ ਹੋ ਗਈ ਹੈ ਤਾਂ ਮੈਂ ਲਗਾ ਜਾਵਾਂ ਅਗਰ ਕੋਈ ਹਸਰਤ ਹੈ ਤਾਂ ਦੋ ਲਫ਼ਜ਼ ਆਖ ਹਾਂ ਬਾਤ ਕਰੋ ਰੋਵਣ ਵਾਲੇ ਅਗਰ ਤੇਰੀ ਇਬਾਦਤ ਹੋ ਗਈ ਹੈ ਤਾਂ ਬਿਸਮਿਲ੍ਲਾ ਮੇਰੇ ਨਜ਼ਰੀਆ 'ਚ ਹੋ ਗਈ ਹੈ ਅਗਰ ਨਹੀਂ ਹੋਈ ਤਾਂ ਮੈਂ ਜ਼ਿੰਮੇਵਾਰ ਨਹੀਂ ਗੱਲ ਹੀ ਐਸਾ ਨੂੰ ਦਰਬਾਰ ਚਾ ਖੜੀ ਏ ਜਿਤ ਪਿਉ ਦੀ ਸ਼ਾਹੀ ਹੱਸ ਇੱਕ ਪੇਰ ਸਕੀ ਨਾ ਚਾਹੀਦੀ ਇੱਕ ਰੱਖੇ ਦੀ ਆਏ ਕੁੱਤੇ ਦਾ ਪੁੱਤਰ ਜਿਹੜਾ ਦਰਬਾਰ ਤੇ ਬੈਠਾ ਮੈਂ ਧੀਆਂ ਦੇ ਪਰਦੇ ਸਕੀ ਨਾ ਦੀ ਜੁੱਤੀ ਤੋਂ ਜਲਾ ਦੇਵਾਂ ਇਹ ਕੁੱਤਾ ਬਾਸੂ ਮਧ ਵੇਖ ਕੇ ਆਦੇ ਪਿਉ ਦੇ ਸੀਨੇ ਤੇ ਤੂੰ ਸੌਂਦੀ ਹਾਂ ਮੈਂ ਅੱਲਾ ਗਵਾਏ ਆਵਾਜ਼ ਨਹੀਂ ਆਇਆ ਇਤਰੀ ਜੀ ਦਫਾ ਦੇ ਵੱਡੇ ਅਮੀਰ ਦੀ ਧੀਏ ਮੈਂ ਗਵਰਨਰ ਬੁਲਾਉਂਦਾ ਪਿੱਛੇ ਫਿਜ਼ਾ ਵਧੀ ਇਕਵਾ ਦੀ ਉਹ ਧੀ ਦੀ ਚਾਦਰ ਤੂੰ ਅੱਗ ਲੱਗੀ ਬੁਲੇ ਦੀ ਏ ਰਸੀਆ ਤੰਗ ਹਾਏ ਬਸ ਰਹਿਣ ਦੇ ਬਸ ਤੇਰੀ ਮਜਲਿਸ ਹੋ ਗਈ ਬਸ ਮੇਰਾ ਭਾਈ ਜੀ ਖੁਦਾ ਕਦੇ ਡਰੋ ਬੜੀ ਔਖੀ ਗੱਲ ਏ ਸੱਜੇ ਪਾਸੇ ਜ਼ੰਜੀਰ ਛੜਕੇ ਨ ਸਜਾਦ ਵੇਖੇ ਤਾਂ ਮੁਖਤਾਰੀ ਕੜੀਆਂ ਪਾ ਕੇ ਆ ਗਏ ਪਿੱਛੇ ਆਦੇ ਫੁੱਫੀ ਜ਼ੈਨਬ ਭਿਰਾ ਨਾਲ ਮਰ ਗਈ ਹੋ ਮੈਂ ਹਾ ਬੀਬੀ ਆਦੇ ਨਵਾਂ ਜ਼ੁਲਮੇ ਭਿਰਾ ਮੁਖਤਾਰੀ ਆ ਗਈ ਹੌਲੇ ਹੌਲੇ ਆਦੀ ਏ ਮੇਰਾ ਨਾ ਦੱਸੀ ਜਿਲੇ ਕਰੀਬ ਗਏ ਆਦੇ ਮੈਨੂੰ ਕਰਬਲਾ ਭੇਜ ਮੇਰਾ ਪੀਰ ਆਇਆ ਹੋਏ ਆਦੇ ਕਿਉਂ ਕਰਬਲਾ ਬਹਿਨੇ ਹੁਸੈਨ ਦਰਬਾਰ ਚ ਮੌਜੂਦ ਏ ਤੂੰ ਏ ਮੈਨੂੰ ਵਲਵਲਾ ਖੜਾਲਾ ਮਸਾਇਬ ਫੜ ਆਦੇ ਮੈਨੂੰ ਪੀਰ ਵਿਖਾ ਨਾ ਮੁਨਾਸਿਬ ਮਕਾਮ ਤੇ ਹੁਸੈਨ ਆਰਾਮ ਚਾਹ ਜਲੇ ਕਪੜਾ ਹਟਾਏ ਹੌਲੇ ਹੌਲੇ ਹੁਸੈਨ ਦੀ ਆਵਾਜ਼ ਆਈ ਏ ਮੇਰਾ ਭੇਣੀ ਰੁੱਲ ਗਏ ਮੁਖਤਾਰਾ ਦੇ ਨੌਕਰ ਮਰੀ ਤੂੰ ਹੁਸੈਨ ਆਵਾਜ਼ ਆਏ ਮੈਂ ਉਹ ਅਲੱਗ ਆਏ ਮਿੰਬਰ ਤੋਂ ਦੌੜੇ ਜਲੇ ਪੌੜੀਆਂ ਦੇ ਨੇੜੇ ਗਏ ਬੀਬੀਆਂ ਦੀ ਭਾਜਵੇ ਬਛੜਾ ਚਾਚੇ ਨੂੰ ਰੋਕ ਜੰਗ ਨਾ ਲੜੀ ਮੈਂ ਰੁੱਲ ਗਈ ਆ ਆਫਰੀ ਸ਼ਾਬਾ ਆਫਰੀ